ਇਹ ਤਸਵੀਰਾਂ ਕਪੂਰਥਲਾ ਦੇ ਸ਼ਹਿਰ ਹਲਕਾ ਫਗਵਾੜਾ ਦੀਆਂ ਨੇ ਜਿੱਥੇ ਉਸ ਵੇਲੇ ਪੁਲਿਸ ਵਾਲਿਆਂ ਲਈ ਵੱਡੀ ਸਰਦਰਦੀ ਪੈਦਾ ਹੋ ਗਈ ਜਦੋਂ ਬਰਾਤੀ ਬਰਾਤ ਚੜਨ ਤੋਂ ਪਹਿਲਾਂ ਥਾਣੇ ਚੜ ਕੇ ਆ ਗਏ ਤੇ ਫਿਰ ਇਸੇ ਦੌਰਾਨ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਵੀ ਥਾਣੇ 'ਚ ਇਕੱਠੇ ਹੋ ਗਏ ਇਸ ਤੋਂ ਪਹਿਲਾਂ ਕਿ ਥਾਣੇ 'ਚ ਹੀ ਦੋਵੇਂ ਰਿਸ਼ਤੇਦਾਰ ਆਪਸ 'ਚ ਮਿਲਣੀਆਂ ਸ਼ੁਰੂ ਕਰ ਦਿੰਦੇ ਤਾਂ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੋਵੇਂ ਹੀ ਧਿਰਾਂ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕਰਵਾਇਆ ਪਹਿਲਾਂ ਥਾਣੇ 'ਚ ਬਰਾਤ ਵਾਲੇ ਦਿਨ ਦੀਆਂ ਹੋਈਆਂ ਮਿਲਣੀਆਂ ਦੇਖੋ ਫਿਰ ਅਸੀਂ ਮੁੰਡੇ ਵਾਲੇ ਬਰਾਤੀਆਂ ਦਾ ਸੜਕ 'ਤੇ ਕੁੜੀ 'ਤੇ ਪੁਲਿਸ ਦਾ ਕਿਵੇਂ ਜਲੂਸ ਕੱਢ ਰਹੇ ਨੇ ਇਹ ਵੀ ਵਿਖਾਉਂਦੇ ਆ ਸਮਝਾ ਲੈਂਦੇ ਇਸ ਕਰਕੇ ਥਾਣੇ ਵੱਲ ਨੂੰ ਕੀਤਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਗੱਲ ਦਾ ਲੜਕੀ ਦੇ ਆਏ ਮਾਪੇ ਹਾਂਜੀ ਆ ਭਰਾ ਆ ਉਹ ਹੁਣ ਤੁਹਾਨੂੰ ਸਾਰੀ ਗੱਲ ਸਮਝਾਉਂਦੇ ਆ ਕਿ ਆਖਰ ਇਹ ਦੋਵੇਂ ਧਿਰਾਂ ਇੱਕ ਦੂਜੇ ਤੇ ਇੰਨੀਆਂ ਕਿਉਂ ਭੜਕੀਆਂ ਹੋਈਆਂ ਅਸਲ 'ਚ ਫਗਵਾੜਾ ਦੇ ਥਾਣਾ ਸਤਨਾਮਪੁਰਾ ਦੇ ਖੇਤਰ ਨਵੀਂ ਆਬਾਦੀ 'ਚ ਪੈਂਦੇ ਇੱਕ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਗੁਰਾਇਆਂ 'ਚ ਪੈਂਦੇ ਪਿੰਡ ਚੱਕ ਦੇਸਰਾਜ ਹਰਨੇਕ ਸਿੰਘ ਨਾਲ ਤੈਅ ਹੋਇਆ ਪਰ ਬਰਾਤ ਵਾਲੇ ਦਿਨ ਇੱਕ ਜਨਾਨੀ ਕੁੜੀ ਵਾਲਿਆਂ ਦੇ ਪਰਿਵਾਰ ਕੋਲ ਆਉਂਦੀ ਹੈ ਤੇ ਮੁੰਡੇ ਦੀਆਂ ਕਾਲੀਆਂ ਕਰਤੂਤਾਂ ਤੇ ਜਿਸਮਾਨੀ ਸਬੰਧਾਂ ਦੀ ਵੀਡੀਓ ਕੁੜੀ ਵਾਲਿਆਂ ਨੂੰ ਦਿਖਾ ਦਿੰਦੀ ਹੈ ਜਿਵੇਂ ਇਹ ਵੀਡੀਓ ਕੁੜੀ ਦੇ ਪਰਿਵਾਰ ਕੋਲ ਪਹੁੰਚਦੀ ਹੈ ਤਾਂ ਉਹ ਕੁੜੀ ਦਾ ਵਿਆਹ ਹਰਨੇਕ ਸਿੰਘ ਨਾਲ ਕਰਨ ਤੋਂ ਮਨਾ ਕਰ ਦਿੰਦੇ ਤੇ ਖੁਦ ਨਾਲ ਹੋਏ ਧੋਖੇ ਦਾ ਇਨਸਾਫ ਲੈਣ ਲਈ ਥਾਣੇ ਪਹੁੰਚ ਕੇ ਮੁੰਡੇ ਦੇ ਪਰਿਵਾਰ ਵਾਲਿਆਂ ਖਿਲਾਫ 420 ਦਾ ਪਰਚਾ ਦਰਜ ਕਰਵਾਉਣ ਦੀ ਕਵਾਇਤ ਸ਼ੁਰੂ ਕਰ ਦਿੰਦੇ ਉੱਚੀ ਬੋਲਿਓ ਹਾਂਜੀ ਕੀ ਮਾਮਲਾ ਸਰ ਸਰਪੰਚ ਨਵੀਂ ਆਬਾਦੀ ਨਰਾਕਸ਼ਾਪੁਰੇ ਦੇ ਹਾਂਜੀ ਜੋ ਸਾਡੇ ਪਿੰਡ ਦੇ ਵਿੱਚ ਘਾਹ ਸਵੇਰ ਤੋਂ ਚੱਲਦਾ ਸੀਗਾ ਕਿ ਸਾਡੇ ਪਿੰਡ ਦੇ ਲੜਕੀ ਵਿਆਹੀ ਚੱਕ ਦੇਸਰਾਜ ਜਾਣੀ ਸੀਗੀ ਜਦੋਂ ਉੱਥੇ ਦੇ ਲੜਕੇ ਨਾਲ ਸ਼ਾਦੀ ਕਰਨੀ ਸੀਗੀ ਤਾਂ ਜਿਹੜੇ ਉਸ ਲੜਕੇ ਦੇ ਸੰਬੰਧ ਨਜਾਇਜ਼ ਇੱਕ ਲੁਧਿਆਣੇ ਦੀ ਕ੍ਰਿਸ਼ਨਾ ਨਾਂ ਦੀ ਲੜਕੀ ਆਈ ਮੇਰੇ ਕੋਲ ਉਹਨੇ ਕਿਹਾ ਕਿ ਮੇਰੇ ਇਹਦੇ ਨਾਲ ਸੰਬੰਧ ਹੈਗੇ ਆ ਉਹਨੇ ਨਾਲੇ ਪ੍ਰੂਫ ਸਮੇਤ ਮੈਨੂੰ ਆਪਣਾ ਡਾਕੂਮੈਂਟ ਦੇ ਕੇ ਤਾਂ ਉਹਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਜਿਸ ਵੇਲੇ ਜਾਣਕਾਰੀ ਲਈ ਤਾਂ ਮੈਂ ਲੜਕੀ ਦੇ ਪਰਿਵਾਰ ਨੂੰ ਪੂਰੇ ਨੂੰ ਬੁਲਾ ਕੇ ਤਾਂ ਉਹਨਾਂ ਦੀ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਲੜਕੀ ਪਰਿਵਾਰ ਨੇ ਆਪਣੇ ਮੈਨੂੰ ਘਰ ਬੁਲਾ ਕੇ ਤਾਂ ਵਿਚੋਲੇ ਨੂੰ ਸੱਦਿਆ ਜਦ ਵਿਚੋਲੇ ਨਾਲ ਗੱਲਬਾਤ ਕੀਤੀ ਤਾਂ ਵਿਚੋਲਾ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਫਿਰ ਉਸ ਦੇ ਪਿੰਡ ਦੀ ਪੰਚਾਇਤ ਨੂੰ ਬੁਲਾ ਕੇ ਲਿਆਂਦਾ ਬੁਲਾ ਕੇ ਲਿਆ ਕੇ ਸਾਰੀ ਗੱਲਬਾਤ ਕੀਤੀ ਉੱਥੇ ਮਾਹੌਲ ਥੋੜ੍ਹਾ ਗਰਮ ਹੁੰਦੇ ਆ ਮੈਂ ਫਿਰ ਆਪਣੀ ਜਿਹੜੀ ਸਰਪੰਚ ਪੰਚਾਇਤਾਂ ਸੀਗੀਆਂ ਸਾਡੇ ਦੋਨਾਂ ਪਿੰਡਾਂ ਦੀਆਂ ਉਹਨਾਂ ਨੂੰ ਮੈਂ ਥਾਣੇ ਸਤਨਾਮਪੁਰੇ ਲੈ ਕੇ ਆਇਆ ਜਿਸ ਵੇਲੇ ਸਾਡੇ ਸਤਨਾਮਪੁਰੇ ਥਾਣੇ ਦੇ ਵਿੱਚ ਲੈ ਕੇ ਆਉਂਦਾ ਅਤੇ ਉੱਥੇ ਉਹਨਾਂ ਨੇ ਆਪਣੀ ਸੌਰੀ ਤਾਂ ਫੀਲ ਕੀਤੀ ਆ ਲੇਕਿਨ ਉਹਨਾਂ ਨੇ ਆਪਣਾ ਜਿਹੜੀ ਗੱਲਬਾਤ ਕਰ ਰਹੇ ਸੀਗੇ ਵੀ ਸਾਡੀ ਲੜਕੀ ਨਾਲ ਖਿਲਵਾੜ ਇੱਦਾਂ ਦਾ ਘਟੀਆ ਕੀਤਾ ਆ ਵੀ ਜਿਹੜੇ ਉਹਦੇ ਨਜਾਇਜ਼ ਸੰਬੰਧ ਕਿਸੇ ਜਨਾਨੀ ਨਾਲ ਸੀਗੇ ਉਹ ਜਦੋਂ ਉਹਨੇ ਪੂਰੀ ਪੰਚਾਇਤ ਨੂੰ ਪੁੱਛਦੇ ਸੀ ਤਾਂ ਉਹ ਇਸ ਗੱਲ ਨੂੰ ਮੰਨਣੇ ਤਿਆਰ ਨਹੀਂ ਜਿਸ ਵੇਲੇ ਮੈਂ ਵੀਡੀਓ ਸੁਣਾਈ ਪੂਰੀ ਪੰਚਾਇਤ ਦੇ ਵਿੱਚ ਫਿਰ ਜਾ ਕੇ ਪੂਰੀ ਪੰਚਾਇਤ ਮੰਨੀ ਵੀ ਇਸ ਠੀਕ ਹੈ ਸਾਡੇ ਮੁੰਡੇ ਦੇ ਰਿਸ਼ਨ ਹੈਗੇ ਸੀਗੇ ਫਿਰ ਉਸ ਤੋਂ ਬਾਅਦ ਸਤਨਾਮਪੁਰੇ ਦੀ ਜਿਹੜੀ ਹਰਜਿੰਦਰ ਸਿੰਘ ASI ਸੀਗਾ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿੰਦੇ ਵੀ ਅਸੀਂ ਅੱਜ ਜੀ ਨਹੀਂ ਗੱਲਬਾਤ ਕਰ ਸਕਦੇ ਸਾਨੂੰ ਕੱਲ੍ਹ ਦਾ ਟਾਈਮ ਦਿੱਤਾ ਸੀ SHO ਮੌਕੇ 'ਤੇ ਸਤਨਾਮਪੁਰੇ ਦੇ ਹੈ ਨਹੀਂ ਸੀਗੇ ਅਤੇ ਉਸ ਪਰਿਵਾਰ ਨੂੰ ਇੱਥੋਂ ਭਜਾ ਦਿੱਤਾ ਗਿਆ ਚੱਕ ਦੇਸਰਾਜ ਵਾਲਿਆਂ ਨੂੰ ਇੱਥੋਂ ਭੇਜ ਦਿੱਤਾ ਜਦੋਂ ਤੁਹਾਨੂੰ ਤੁਸੀਂ ਆਏ ਆ ਥਾਣੇ ਹਾਂਜੀ ਉਸ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤੁਸੀਂ ਹਾਂਜੀ ਸਰ ਹਰਜਿੰਦਰ ਸਿੰਘ ਦੇ ਗੱਲ ਕਰਨ ਤੋਂ ਬਾਅਦ ਜਦੋਂ ਉਹ ਬਾਹਰ ਗਏ ਮੁੰਡੇ ਵਾਲੇ ਹਾਂਜੀ ਉਸ ਤੋਂ ਬਾਅਦ ਮਤਲਬ ਤੁਸੀਂ ਕੀ ਕਾਰਵਾਈ ਕੀਤੀ ਅਸੀਂ ਉਸ ਵੇਲੇ ਤਰਾਜ਼ਗੀ ਇਸ ਚੀਜ਼ ਦੀ ਸੀ ਕਿ ਸਾਨੂੰ ਕੋਈ ਫੈਸਲਾ ਦਿੱਤਾ ਜਾਵੇ ਲੇਕਿਨ ਜਿਹੜੇ ASI ਸੀਗੇ ਉਹਨਾਂ ਨੇ ਇਹੀ ਸਾਨੂੰ ਕਿਹਾ ਕਿ
एस एच ओ इतने है नहीं कि कहते मैं इस वेद नू अपडेट करूँगा, लेकिन साढ़े पिंड की जी पंचायत की सी सानू तो देखो जे एस एच ओ नहीं है जेडे मौके के ड्यूटी अफसर से उन्होंने सानू फैसला देना चाहिए सगा कि साड़ी लड़की दे नाल जो भी इंसाफ होना चाहिए। हुण लगभग सानू दो तीन घंटे हो गया धरना लाया तो हुण साड़ी एफ आई आर दर्ज की आ परचा तीन घंटे तो मीटिंग चली है सवेर दे लगभग दोपहर दे असी इत्थे इस्तनामपुर थाने दे विच बैठे आ, होर भी परिवार पूरी पंचायत बैठी आ बैठ के हुण डी एस पी साहब आए आ, उन्हां दे कहण अनुसार हुण साडे बच्चे दे बयान लैण लगे आ कि साडी भैण दे नाल इस बंदे ने साडा फ्राड कीता आ। इदां दी आपां नूं की नौबत आ गई आ कि जिहड़ा आपां नूं चार घंटे धरना ला के बैठना पै गया। देखो प्रशासन ने साडी गल नहीं कोशिश की हैगी, कोई भी सनामपुरे दे जिहड़ी भी गलबात होई आ चार घंटियां तों साडी कोई गलबात नहीं सुनी। जिस वेले असीं धरना लाया तो फिर डी एस पी नूं भी पता लगा तो मौके पर हुण पहुंचे इत्थे सतनामपुरे थाने दे विच ते हुण साडे की प्रशासन ने तुहानूं आश्वासन दिया? प्रशासन दिता वी असीं उहदे ते परचा दर्ज करके उहनूं गिरफ़्तार करके लियाउंदे आ चक देस राज तों। पर उधर मुंडे वाले भी घट नहीं निकले, जिवें ही पुलिस कार्रवाई की भिणक मुंडे वालियां नूं पैंदी है तां उहनां ने गुराया चौंक च धरना लगा के पुलिस ते कुड़ी वालियां ते पहलां धक्के करन दे इल्जाम लगाए। ਕੀ ਮਸਲਾ ਹੈ ਜੀ ਇਹ ਜਿਹੜਾ ਧਰਨਾ ਲਾਇਆ? ਮਸਲਾ ਇਹ ਜੀ ਸਾਡੇ ਪਰਿਵਾਰ ਚ ਕੱਲ ਦਾ ਵਿਆਹ ਸੀਗਾ ਜੀ, ਅੱਜ ਦਾ 24 ਤਰੀਕ ਦਾ ਜੀ, ਅੱਜ ਬਰਾਤ ਜਾਣੀ ਜੀ ਸਾਡੇ ਪਰਿਵਾਰ ਦੇ ਵਿੱਚੋਂ ਫਗਵਾੜੇ ਨਵੀਂ ਆਬਾਦੀ ਦੇ ਵਿੱਚ ਜੀ, ਠੀਕ ਹੈ। ਉਸ ਤੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵੱਲੋਂ ਨਾ ਕਰ ਦਿੱਤੀ ਗਈ ਆ ਬਿਨਾਂ ਵਜ੍ਹਾ, ਜਿਹਦਾ ਕੋਈ ਸ਼ਹਿਰਬਾਰ ਨਹੀਂ ਨਾ ਕੋਈ ਸਬੂਤ ਪੇਸ਼ ਕੀਤਾ ਕਿ ਇਸ ਗੱਲ ਦੀ ਨਾ ਕੀਤੀ ਆ ਕਿਉਂ ਕੀਤੀ ਆ। ਉਲਟਾ ਸਾਡੇ ਤੋਂ 5 ਲੱਖ ਰੁਪਈਆ ਮੰਗਿਆ ਉਹਨਾਂ ਨੇ, ਉਲਟਾ ਸਾਡੇ ਤੇ 400 ਵੀਹ ਦਾ ਪਰਚਾ ਕਰਾ ਦਿੱਤਾ ਗਿਆ ਆ। ਉਹ ਕੇਨ ਵਜ੍ਹਾ ਨਾ ਕੀਤੀ, ਨਾ ਸਾਨੂੰ ਪ੍ਰਸ਼ਾਸਨ ਦੱਸ ਰਿਹਾ ਆ, ਨਾ ਸਾਨੂੰ ਕੁੜੀ ਵਾਲੇ ਦੱਸ ਰਹੇ ਆ ਵੀ ਸਾਡੇ ਨਾਲ ਹੋਏਗੀ। ਉਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ ਆ, ਸਾਡਾ ਨੁਕਸਾਨ ਹੋਇਆ ਆ। ਅਸੀਂ ਕਹਿੰਦੇ ਹਾਂ ਸਾਡੇ ਪੂਰੇ ਪਿੰਡ ਦੀ ਬੇਇੱਜ਼ਤੀ ਹੋਈ, ਸਾਡੇ ਪਰਿਵਾਰ ਦੇ, ਸਾਡੇ ਮੁੰਡੇ ਤੇ ਬਲਾਤਕਾਰੀਆਂ ਦੇ ਇਲਜ਼ਾਮ ਲੱਗੇ, ਉਹ ਕੇਸ ਕੰਮ ਚ ਲੱਗ ਗਿਆ। ਆਥੇ ਲੁਕੀਦਾ ਕੋਈ ਬਲਾਤਕਾਰੀਆਂ ਦੇ ਮਗਰ ਆਏ ਹੋਣਗੇ ਅੱਜ ਦੇ ਟਾਈਮ ਦੇ ਵਿੱਚ। ਜਿਹੜਾ ਉਹ ਪਰਚਾ ਆ, ਉਹ ਜਿਹੜਾ ਪਰਚਾ ਆ ਉਹ ਕਿਹੜੇ ਥਾਣੇ ਚ ਹੋਇਆ? ਉਹ ਥਾਣਾ ਸਤਨਾਮਪੁਰਾ ਜੀ। ਤੇ ਹੁਣ ਤੁਸੀਂ ਗੁਰਾਇਆ ਧਰਨਾ ਕਿਉਂ ਲਾਇਆ? ਅਸੀਂ ਚਾਹੁੰਦੇ ਆ 420 ਦਾ ਪਰਚਾ ਸਾਡਾ ਬਣਦਾ, ਅਸੀਂ ਕਰਨਾ ਨਹੀਂ ਸੀ ਚਾਹੁੰਦੇ, ਪਰ ਸਾਨੂੰ ਆ ਮਜਬੂਰ ਕਰ ਦਿੱਤਾ ਉਹਨਾਂ ਨੇ 420 ਦਾ ਪਰਚਾ ਕਰਨ ਨੂੰ, ਕਿਉਂਕਿ ਬੇਇੱਜ਼ਤੀ ਸਾਡੀ ਹੋਈ ਆ, ਨਾ ਅਸੀਂ ਨਹੀਂ ਕੀਤੀ ਰਸਤੇ ਤੋਂ, ਨਾ ਕੁੜੀ ਵਾਲਿਆਂ ਨੇ ਕੀਤੀ ਆ। ਤੇ ਤੁਹਾਡਾ ਪਿੰਡ ਜਿੱਦਾਂ ਗੁਰਾਇਆ ਥਾਣੇ ਚ ਪੈਂਦਾ, ਤੁਸੀਂ ਗੁਰਾਇਆ ਪੁਲਿਸ ਨੂੰ ਇਹਦੇ ਬਾਰੇ ਕੋਈ ਦਰਖਾਸਤ ਦਿੱਤੀ ਆ? ਅਸੀਂ ਗੁਰਾਇਆ ਪੁਲਿਸ ਥਾਣੇ ਦੇ ਵਿੱਚ ਰਾਤੀ ਦਰਖਾਸਤ ਦੇ ਦਿੱਤੀ ਸੀ, ਪਰ ਸਾਡੀ ਦਰਖਾਸਤ ਹਜੇ ਤੱਕ ਕੋਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਵਾਬ ਨਹੀਂ ਦਿੱਤਾ ਜਾ ਰਿਹਾ, ਅਸੀਂ ਸਿਰਫ ਆਪਣੇ ਪਰਚੇ ਦੀ ਮੰਗ ਕਰ ਰਹੇ ਹਾਂ। ਜੇ ਉਹਨਾਂ ਨੇ ਪਰਚਾ ਕਰਾਇਆ, ਪਰਚਾ ਸੱਜਾ ਕੇ ਧੋਖਾ ਸਾਡੇ ਨਾਲ ਹੋਇਆ, ਮੁੱਕਰੇ ਕੁੜੀ ਵਾਲੇ ਆ, ਅਸੀਂ ਨੀ ਮੁੱਕਰੇ ਵਿਆਹ ਤੋਂ। ਤੇ ਹੁਣ ਜਿੱਦਾਂ ਫਲੋਰ ਤੋਂ ਵੀ ਅਫਸਰ ਆਏ ਆ ਪੁਲਿਸ ਮੁਲਾਜ਼ਮ, ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਆ? ਉਹਨਾਂ ਨਾਲ ਗੱਲਬਾਤ ਇਹੀ ਹੋਈ ਆ, ਉਹ ਕਹਿੰਦੇ ਜੀ ਤੁਸੀਂ ਬਹਿ ਕੇ ਗੱਲ ਕਰ ਲਓ, ਤੁਸੀਂ ਐਸ ਐਚ ਓ ਸਾਹਿਬ ਨੂੰ ਦਰਖਾਸਤ ਦੇ ਦਿਓ ਕਿ ਜਿਹੜੇ ਫਲੋਰ ਤੋਂ ਅਫਸਰ ਆਏ ਆ ਉਹਨਾਂ ਨੂੰ ਅਜੇ ਪੂਰੀ ਗੱਲਬਾਤ ਹੀ ਨਹੀਂ ਪਤਾ। ਉਹ ਗੱਲਬਾਤ ਕਰਨ ਆ ਗਏ ਪਰ ਉਹਨਾਂ ਨੂੰ ਪੂਰੀ ਗੱਲਬਾਤ ਹੀ ਨਹੀਂ ਕੀ ਪਤਾ। ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਫੇਰ ਕੀ? ਜੇ ਸਾਡੇ ਤੇ ਸਾਡਾ ਪਰਚਾ ਦਰਜ ਨਹੀਂ ਹੁੰਦਾ 4 ਵਜੇ ਤੱਕ, ਅਸੀਂ ਪੂਰਾ ਪਰਿਵਾਰ ਲੜ ਕੇ, ਪਰਿਵਾਰ ਵੱਲੋਂ ਆ ਤੇਲ ਦੀ ਬੋਤਲ ਪਈ ਆ ਉੱਪਰ ਅੱਗ ਲਾ ਕੇ ਅਸੀਂ ਪਰਚਾ ਦਰਜ ਕਰਵਾਵਾਂਗੇ। ਜਿਹੜਾ ਲੜਕੇ ਦੀ ਸ਼ਾਦੀ ਸੀ ਉਹ ਤੁਹਾਡਾ ਕੀ ਲੱਗਦਾ? ਉਹ ਸਾਡਾ ਭਰਾ ਲੱਗਦਾ ਜੀ, ਮੇਰੇ ਚਾਚੇ ਦਾ ਮੁੰਡਾ ਆ, ਕਿਉਂਕਿ ਇਹਨਾਂ ਦੇ ਮਾਂ ਪੇ ਹੈ ਨੀ, ਜੋ ਵੀ ਹੈਗੇ ਅਸੀਂ ਆ। ਤੁਹਾਡਾ ਕੀ ਨਾਮ ਆ? ਮੇਰਾ ਨਾਮ ਚਰਨਜੀਤ ਬਾਂਸਲਿਆ ਜੀ। ਪਿੰਡ ਕਿਹੜਾ ਆਪਣਾ? ਪਿੰਡ ਚੱਕ ਦੇਸਰਾ ਜੀ। ਨਵੀਂ ਆਬਾਦੀ ਨਰੰਗ ਸ਼ਾਹਪੁਰ ਤੋਂ ਕੰਪਲੇਂਟ ਆਈ ਸੀ ਕੁਲਵਿੰਦਰ ਕੁਮਾਰ, ਜਿਸ ਦੀ ਲੜਕੀ ਦਾ ਰਿਸ਼ਤਾ ਆਪਣੇ ਫਲੋਰ ਚੱਕ ਦੇਸਰਾਜ ਹੋਇਆ ਸੀਗਾ। ਕੱਲ੍ਹ ਇਹਨਾਂ ਦੀ ਸ਼ਾਦੀ ਸੀ, ਪਰ ਲੜਕੇ ਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਹੋਣ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਟੁੱਟ ਗਿਆ ਰਿਸ਼ਤਾ, ਉਹ ਸਾਡੇ ਕੋਲ ਥਾਣੇ ਸਾਹਮਣੇ ਆਇਆ। ਹੁਣ ਇਹ ਕੱਲ੍ਹ ਨੂੰ ਸ਼ਾਦੀ ਨਹੀਂ ਹੋਣੀ ਇਹਨਾਂ ਦੀ, ਅਤੇ ਹਜੇ ਇਹਨਾਂ ਦੀ ਗੱਲ ਚੱਲਦੀ ਹੈ ਕਿ ਸਮਾਂ ਲੈ ਕੇ ਇਹਨਾਂ ਦਾ ਜੋ ਵੀ ਹੈਗਾ ਸਮਝੌਤਾ ਹੋਵੇ। ਲੜਕੇ ਦਾ ਕੀ ਨਾਮ ਆਇਆ ਸਾਹਮਣੇ? ਲੜਕੇ ਦਾ ਨਾਮ ਹੈਗਾ ਜੀ ਹਰਨੇਕ ਸਿੰਘ, ਸਾਨੂੰ ਸਿੰਘ ਨੂੰ ਨਾਮ ਦੱਸਿਆ। ਦੋਨੇ ਪਾਰਟੀਆਂ ਨੇ ਕਾਰਨ ਸਾਹਮਣੇ ਕੀਆ ਵੀ ਸਰ ਲੇਡੀਜ਼ ਨਾਲ ਕੋਈ ਸੰਬੰਧ ਹੋਣਾ? ਲੇਡੀਜ਼ ਨਾਲ ਲੜਕੇ ਦੇ ਕੋਲ ਪਹਿਲਾਂ ਸੀਗੇ, ਲੜਕਾ ਵਿਦੇਸ਼ ਚੋਂ ਆਇਆ, ਹੁਣ
ਪਹਿਲਾਂ ਸੀਗੇ ਹੁਣ ਨਹੀਂ ਕੋਈ ਦਿੰਦਾ ਲੜਕੇ ਦਾ ਮੈਟਰ ਵੀ ਆਇਆ ਸਾਹਮਣੇ ਕੋਈ ਇੱਥੇ ਲੱਗੇ ਪਿੰਡ 'ਚ ਵੀ ਕੋਈ ਰਿਸ਼ਤਾ ਰੁਸ਼ਤਾ ਹੋਇਆ ਸੀ ਉੱਥੇ ਵੀ ਪਹਿਲਾਂ ਲੜਕੇ ਦਾ ਰਿਸ਼ਤਾ ਹੋਇਆ ਸੀ ਮੌਲੀ ਪਿੰਡ ਉਹ ਵੀ ਲੜਕੀ ਲੇਡੀਜ਼ ਕਰਕੇ ਟੁੱਟ ਗਿਆ ਕੁਛ ਇਹਨਾਂ ਦਾ ਪੈਸੇ ਦਾ ਵੀ ਲੇਡੀਜ਼ ਨਾਲ ਸੀਗਾ ਜਿਹੜਾ ਲੇਡੀਜ਼ ਦਾ ਪੈਸੇ ਨਾਲ ਤੋਂ ਹੁਣ ਦੇਣ ਲੈਣ ਖਤਮ ਹੋ ਗਿਆ ਪਰ ਕੋਈ ਰਿਸ਼ਤਾ ਸੀਗਾ ਨਹੀਂ ਆਇਆ ਇਸ ਕਰਕੇ ਉਹ ਲੜਕੀ ਲੇਡੀਜ਼ ਜਿਹੜੀ ਆ ਇਹ ਰਿਸ਼ਤਾ ਤੜਾ ਰਹੀ ਆ ਹੁਣ ਕੀ ਕਰ ਰਹੀ ਆ ਹੁਣ ਇਹਨਾਂ ਨੇ ਲੜਕੀ ਵਾਲੇ ਨੇ ਟਾਈਮ ਲਿਆ ਜਿਹੜਾ ਇਹਨਾਂ ਨੂੰ ਸਮਝੌਤਾ ਜਿਹੜਾ ਅਗਲੇ ਟਾਈਮ ਤੱਕ ਇਹਨਾਂ ਨੇ ਲੜਕੇ ਵਾਲੇ ਕਿੱਥੇ ਦੇ ਸਰ ਲੜਕੇ ਵਾਲੇ ਚੱਕ ਦੇਸ਼ ਰਾਜ ਫਲੌਰ ਜ਼ਿਲ੍ਹਾ ਜਲੰਧਰ ਪੂਰੇ ਮਾਮਲੇ ਬਾਰੇ ਫਗਵਾੜਾ ਦੇ ਐਸਪੀ ਸਰਬਜੀਤ ਸਿੰਘ ਨੇ ਕਿਹਾ ਤੁਸੀਂ ਉਹ ਵੀ ਸੁਣ ਲਵੋ ਇਹ ਹਰਨੇਕ ਸਿੰਘ ਸੀ ਚੈੱਕ ਦੇਸ ਰਾਜਪੁਰ ਦਾ ਜਿਹੜਾ ਅੱਜ ਵਿਆਹ ਸੀ ਅਤੇ ਇਹਨਾਂ ਦਾ ਐਲੀਗੇਸ਼ਨ ਸੀ ਸਾਨੂੰ ਲੜਕੀ ਧਿਰ ਨੇ ਜਿਹੜਾ ਜਵਾਬ ਦੇ ਦਿੱਤਾ ਅਤੇ ਅੱਜ ਵਿਆਹੁਣ ਜਾਣਾ ਸੀ ਅਤੇ ਜਿਹੜਾ ਸਾਨੂੰ ਉਹਦਾ ਐਨ ਕੱਲ੍ਹ ਮੌਕੇ 'ਤੇ ਜਵਾਬ ਦੇ ਦਿੱਤਾ ਇਸ ਸੰਬੰਧ ਦੇ ਵਿੱਚ ਜੋ ਵੀ ਇਹਨਾਂ ਦੀ ਹੈਗੀ ਆ ਬਿਆਨ ਜਿਹੜੇ ਕਲਮਬੰਦ ਕੀਤੇ ਆ ਅਤੇ ਬਾਕੀ ਵਾਰੀ ਫਿਰ ਤੋਂ ਬਾਅਦ ਜੋ ਵੀ ਹੈਗਾ ਕਾਰਵਾਈ ਅਮਲ 'ਚ ਲੈਂਦੀ ਜੋ ਵੀ ਅਫਸਰ ਵਾਲਾ ਧਿਆਨ ਦਿੱਤਾ ਫਿਲਹਾਲ ਇੱਕ ਵਾਰ ਫੇਰ ਹਰਨੇਕ ਸਿੰਘ ਦੇ ਰਿਸ਼ਤਿਆਂ ਦਾ ਕਾਲਾ ਇਤਿਹਾਸ ਉਸਦੇ ਭਵਿੱਖ ਨੂੰ ਖਰਾਬ ਕਰ ਗਿਆ ਹਕੀਕਤ ਟੀਵੀ ਪੰਜਾਬੀ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ